ਇਹਦਾ ਵਾਟਰ ਵਰਕਸ ਦੀ ਗੱਲ ਕੀਤੀ ਆ, ਮੈਂ ਉਸ ਦਿਨ ਆਇਆ ਸੀ, ਕਹਿ ਗਿਆ ਸੀ ਵੀ ਇੱਕ ਆਪਾਂ ਇਹਦਾ ਤੁਹਾਡਾ ਡੱਗ ਬਣਾ ਦੇਣਾ, ਇੱਕ ਪਾਣੀ ਤੁਹਾਡਾ ਪਹਿਲੇ ਹੀ ਉੱਧਰੋਂ ਪਾਸੋਂ ਕਨੈਕਸ਼ਨ ਮੈਂ ਚੈੱਕ ਕਰਾ ਰਿਹਾ ਐਕਸਲ ਨੂੰ, ਕਿਹਾ ਉਹ ਤੁਹਾਡਾ ਕਿੰਨੇ ਇੰਚ ਮੋਗਾ ਮਿਲ ਸਕਦਾ ਉਹ ਲੈ ਕੇ ਪਹਿਲਾਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰੀਏ। ਦੂਸਰੀ ਜਿਹੜੀ ਤੁਹਾਡੀ ਹੋਰ ਹੈ, ਜਿਹੜੀ ਹੋਰ ਤੁਹਾਡੀਆਂ ਡਿਮਾਂਡਾਂ ਨਹੀਂ ਲੜ ਰਹੇ ਹਾਂ, ਕਿਉਂਕਿ ਮੋਦੀ ਨੇ ਬਰਬਾਦ ਕਰਤਾ ਸਾਰਾ ਹਿੰਦੁਸਤਾਨ, ਢਾਂਚਾ ਹਾਲਾਤ ਨੇ। ਪਹਿਲਾਂ ਤਾਂ ਕਹਿੰਦਾ ਜੀ 15-15 ਲੱਖ ਆਊਗਾ, ਉਹਦੇ ਹੱਸਣ ਲੱਗ ਗਏ, ਮੈਂ ਕਮਾਲ ਕਰੀ, ਪਹਿਲਾ ਪ੍ਰਧਾਨ ਮੰਤਰੀ ਦੇਖਿਆ ਐਡਾ ਦਰਿਆ ਦਿਲ, ਉਹ 5 ਸਾਲ ਟੱਪ ਕੇ 15 ਰੁਪਈਏ ਵੀ ਨਹੀਂ ਆਏ। ਫਿਰ ਕਹਿੰਦਾ ਸਾਰੇ ਘਰਾਂ ਨੂੰ ਗੈਸ ਦਿਓ ਫ੍ਰੀ, ਉਹ ਇਹੋ ਜਿਹੇ ਚੁੱਲ੍ਹੇ ਦਿੱਤੇ ਉਹ 900 ਨੂੰ ਕਰਤੀ ਗੈਸ, ਨਾ ਅਗਲਾ ਮਚਾਉਣ ਜੋਗਾ ਨਾ ਛੱਡਣ ਜੋਗਾ। ਆਪਣੇ ਵੇਲੇ ਆਪਣੀ 5 ਸਾਲ ਪਹਿਲਾਂ ਸਰਕਾਰ 'ਚ 450 ਸਿਲੰਡਰ ਸੀਗਾ, ਹੁਣ 900 ਦਾ ਕਰਤਾ। ਫਿਰ ਕਹਿੰਦਾ ਵੀ ਆਪਾਂ ਕਾਲਾ ਧਨ ਕੱਢ ਕੇ ਲਿਆਉਂਦੇ ਹਾਂ, ਉਹ ਇਹੋ ਜਿਹਾ ਕਾਲਾ ਧਨ ਕੱਢਿਆ ਆਪਣੇ ਕੋਲ ਜਿਹੜੇ ਸੀ ਆਪਣਾ 1,000, 500, 2,000, 10,000, 50,000 ਉਹ ਜਮ੍ਹਾਂ ਕਰਾਤਾ, ਅਤੇ ਜਦੋਂ ਕਢਾਉਣ ਦੀ ਗੱਲ ਆਈ ਫਿਰ ਬੈਂਕਾਂ ਨੂੰ ਕਹਿੰਦਾ ਵੀ 2,000 ਤੋਂ ਬਾਅਦ, ਅਤੇ ਜਿਹੜੇ ਇਹਦੇ 'ਚ ਹਿੱਤੇ ਸੀ ਅਡਾਨੀ ਅੰਬਾਨੀ ਉਹਨਾਂ ਦਾ 50 ਕਰੋੜ 100 ਕਰੋੜ ਰਿਜ਼ਰਵ ਬੈਂਕ ਨੂੰ ਜਾਇਆ ਕਰੇ ਵੀ ਇੰਨੇ ਜਮ੍ਹਾਂ ਹੋ ਗਏ ਉਹਨਾਂ ਦੇ ਖਾਤਿਆਂ 'ਚੋਂ ਉਹਨੇ ਨਵੇਂ ਨੋਟ, ਸਾਰੀ ਦੁਨੀਆ ਦੀ ਬਰਬਾਦੀ ਕਰੀ। ਔਰ ਉਦੋਂ ਮਾੜੀ ਗੱਲ ਇਹ ਸੀ ਆਪਾਂ ਦੇਖੋ ਲੱਖ ਘਰੇ ਕਮਾਈ ਕਰਕੇ ਪੈਸੇ ਲਿਆਉਣੇ ਆ, ਪਰ ਬੀਬੀਆਂ ਭੈਣਾਂ ਥੋੜ੍ਹਾ ਬਹੁਤ ਰੱਖ ਲੈਂਦੀਆਂ ਭਾਈ ਕਿਸੇ ਵੇਲੇ ਕੰਮ, ਕਈ ਵਾਰ ਇਹ ਹੁੰਦਾ ਹੁਣ ਸਾਡੀ ਜੇਬ 'ਚ ਨੋਟ ਨਹੀਂ, ਕੋਈ ਚਾਹ ਪਾਣੀ ਲੈਂਦੇ ਆਪਦਾ ਕਰ ਲਓ, ਉਹ ਬੜਾ ਕੰਮ ਖਰਾਬ ਹੋਇਆ, ਉਹ ਬੀਬੀਆਂ ਨਾ ਕੱਢਣ ਜੋਗੀਆਂ ਨਾ ਰੱਖਣ ਜੋਗੀਆਂ, ਉਹ ਵੀ ਸਾਰਾ ਬਦਲਾਉਣਾ ਪਿਆ 10 ਰੁਪਏ ਜਿਹੇ ਜੇ ਸੀਗੇ। ਫਿਰ ਉਹ ਫਿਰ GST ਲਾ ਦੋ, ਇਹਦੋਂ ਬੜਾ ਬੁਲਾਰੇ ਹੈ ਨੇ ਕਦੇ ਕਹਿੰਦਾ ਭਾਈ ਬਹਿਣੋ ਆਪਣੇ ਖਾਤੇ ਮੇ 15 ਲੱਖ ਰੁਪਏ ਆ ਰਹੇ ਹੈ, ਅਗਲਾ 14 ਹੋ ਗਿਆ ਤਾਂ ਬਾਰੇ ਕੀ ਕੁਛ ਆ ਰਿਹਾ। ਉਸਨੇ ਅਖੀਰ ਤਾਂ ਪਾਕਿਸਤਾਨ ਦਾ ਪੰਗਾ ਲੈ ਲਿਆ, ਬਾਲਕੋਟ 'ਚ ਉਹਨੇ ਕਹਿੰਦਾ ਜੀ ਮੈਂ ਬਰਬਾਦ ਕਰ ਦੂੰ ਸਾਰੇ ਜਿਹੜੇ ਉੱਥੇ ਅੱਤਵਾਦੀਆਂ ਦੇ ਟਿਕਾਣੇ, ਉਹ ਐਵੇਂ ਛਿੱਟ ਕੇ ਜੰਗਲਾਂ 'ਚ 4 ਬੰਬ ਪੰਗਾ ਲੈ ਲਿਆ। ਉਹਨਾਂ ਨੇ ਆਪਣਾ ਜਹਾਜ਼ ਛਿੱਟ ਲਿਆ, ਆਪਣਾ ਪਾਇਲਟ ਕਾਬੂ ਕਰ ਲਿਆ, ਚਲੋ ਚੰਗਾ ਉਹਨਾਂ ਨੇ ਵਿਚਾਰੇ ਨੇ ਬਾਜ ਨੂੰ ਵਾਪਸ ਕਰਤਾ, ਉਹ ਵੀ ਇਹਦਾ ਸਟੰਟ ਸੀ ਚੋਣ। ਹੁਣ ਕਹਿੰਦੇ ਐਕਟਰ ਲਈ ਫਿਰਦੇ ਆ, ਅੱਜ ਹੇਮਾ ਮਾਲਨੀ ਆ ਰਹੀ ਹੈ ਇੱਥੇ, ਆਪਣੇ ਤਾਂ ਬਾਹਰ ਲੋਕ ਜਾਣਦੇ ਉਹਨੇ ਮੁੰਡੇ ਮੁੰਡੇ ਦਾ, ਇਸ ਕਰਕੇ ਨਹੀਂ ਮਾਰਨੀ ਕਿ ਪਰ ਉਹਨੂੰ ਬੜਾ ਤੁਹਾਡਾ ਹੇਜ ਹੈ ਵੋਟਾਂ ਲੈਣੀ। ਉਹ ਤਾਂ ਕਹਿ ਰਿਹਾ ਵੀ ਜੇ ਮੋਦੀ 1,000 ਕਰੋੜ 85% ਲੋਨ ਜਿਹੜੇ ਅਡਾਨੀ ਅੰਬਾਨੀ ਮਾਲੀਆ ਦੇ ਨੇ ਉਹ ਮਾਫ ਕਰ ਸਕਦਾ, ਕਿਉਂਕਿ ਅਸੀਂ ਗਰੀਬਾਂ ਦਾ ਜ਼ਿੰਮੇਦਾਰਾਂ ਦਾ ਥੋੜ੍ਹਾ ਜਿਹਾ ਲੋਨ ਨਹੀਂ ਮਾਫ ਕਰ ਸਕਦੇ, ਕੋਈ ਵਾਰੰਟ ਨਹੀਂ ਹੋਊ, ਕੋਈ ਗ੍ਰਿਫਤਾਰੀ ਨਹੀਂ ਹੋਊ। ਔਰ ਉਹਨਾਂ ਨੇ ਹੋਰ ਕਿਹਾ 72,000 ਰੁਪਇਆ ਤੁਹਾਡੇ ਖਾਤੇ 6,000 ਦੇ ਹਿਸਾਬ ਨਾਲ ਹਰ ਮਹੀਨੇ, ਜਿਹੜੇ ਗਰੀਬ ਰੇਖਾ ਤੋਂ ਥੱਲੇ ਹੈ 12,000 ਤੋਂ ਘੱਟ ਆਮਦਨ ਉਹਨਾਂ ਦੇ ਖਾਤੇ 'ਚ ਆਇਆ ਕਰੋ ਤਾਂ ਕਿ ਤੁਸੀਂ ਆਪਣੀ ਕਮੀਨਦਾਰੀ ਚਲਾ ਲਓ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ 3, ਇੱਕ ਤਾਂ ਸੀ ਕਰਜ਼ਾ ਮੁਆਫ਼ ਮੈਂ ਜਾਣ ਕੇ ਕਮਾਲ ਕਰੀ, ਮੈਂਬਰ ਤਾਂ ਜਾਣ ਕੇ ਜੇਡਾ ਕਰਦਾ ਕੋਈ। ਹੁਣ ਇਸ ਤੋਂ ਬਾਅਦ ਪਾਇਆ ਉਹਨੇ ਕਿਹਾ ਸੀ ਦੂਜਾ ਵੀ ਗੁਟਕਾ ਹੱਥ ਸੀਗਾ ਵੀ ਮੈਂ ਨਸ਼ਾ ਬੰਦ ਕਰੂੰ, ਸਾਰੇ ਬੋਰਡ ਵਸੀਲ ਕਰਤੇ, 100 ਕਰੋੜ ਦੀ ਹੋਰ ਹੁੰਦੀ ਹੈ। ਤੀਜੀ ਗੱਲ ਕਰੀ ਸੀ ਉਹਨਾਂ ਨੇ ਬਰਗਾੜੀ ਕਾਂਡ, ਬਹਿਬਲ ਕਾਂਡ, ਭੂੰਦੜ ਤੁਸੀਂ ਵੋਟਾਂ ਕਿਵੇਂ ਮੰਗਣ ਆ ਰਹੇ ਹੋ, ਉਹ ਤੁਸੀਂ ਆਪਣੇ ਧਰਮ ਦੀ ਰਾਖੀ ਨਹੀਂ ਕਰ ਸਕਦੇ। ਜਦੋਂ ਸਾਈਂ ਦੀ ਢਾਬ ਤੋਂ ਬਾਅਦ ਇੱਥੇ ਆ ਗਏ